ਤੁਸੀਂ ਦੇਖ ਰਹੇ ਹੋ ਜੋਸ਼ ਇੰਡੀਆ ਵੈਬ ਟੀਵੀ ਨਮਸਕਾਰ ਤੁਸੀਂ ਦੇਖ ਰਹੇ ਹੋ ਜੋਸ਼ ਇੰਡੀਆ ਵੈਬ ਟੀਵੀ ਪੰਜਾਬੀ ਦੀਆਂ ਖਬਰਾਂ ਦੇ ਨਾਲ ਮੈਂ ਹਾ ਕੀ ਦੱਸ ਸਕੈਣਾ ਆਓ ਸਭ ਤੋਂ ਪਹਿਲਾਂ ਨਜ਼ਰ ਪਾਉਂਦੀ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਗਨੇਦਾਪਾਤ 360 ਰੁਪਏ ਪ੍ਰਤੀ ਕੁਇੰਟਲ ਹੋਣ ਤੇ ਗੰਨਾ ਕਿਸਾਨਾਂ ਵੱਲੋਂ ਸੰਘਰਸ਼ ਖਤਮ ਕਰਨ ਦਾ ਫੈਸਲਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਤਿੰਨ ਸਰੂਪ ਕਾਬਲ ਤੋਂ ਲਿਆਂਦੇ ਗਏ ਦਿੱਲੀ ਓਲੰਪਿਕਸ ਖੇਡ ਦਾ ਬਾਤ ਹੁਣ ਟੋਕਿਓ ਵਿੱਚ ਪੈਰਾ ਐਥਲੀਟਾਂ ਦੀਆਂ ਖੇਡਾਂ ਦੀ ਸ਼ੁਰੂਆਤ ਕਿਸਾਨ ਅੰਦੋਲਨ ਨੂੰ ਮਿਲਿਆ ਵੱਡਾ ਹੁਲਾਰਾ ਦੇਸ਼ ਭਰ ਦੀਆਂ 1500 ਕਿਸਾਨੀ ਨਹੀਂ ਨਾ ਹੋਈਆਂ ਇੱਕ ਜੁਟ ਪੇਸ਼ ਹੈ ਕਬਰ ਦਾ ਮਸਤਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਾਲ 2021-22 ਲਈ ਗੰਨੇ ਦੇ ਪਿੜਾਏ ਸੀਜ਼ਨ ਲਈ ਸੁੱਬੇ ਵਿੱਚ ਗੰਨੇ ਦਾ ਬਾ 360 ਰੁਪਏ ਪ੍ਰਤੀ ਕੁਇੰਟਲ ਜੋ ਕਿ ਗੁਆਂਡੀ ਸੁੱਬੇ ਹਰਿਆਣਾ ਨਾਲੋਂ 2 ਰੁਪਏ ਵੱਧ ਹੈ ਕਰਨ ਦੇ ਐਲਾਨ ਦੇ ਹੰਗਾਰੇ ਵਜੋਂ ਪੰਜਾਬ ਦੇ ਗੰਨਾ ਕਿਸਾਨਾਂ ਨੇ ਮੰਗਲਵਾਰ ਨੂੰ ਆਪਣਾ ਸੰਘਰਸ਼ ਖਤਮ ਕਰਨ ਦਾ ਫੈਸਲਾ ਕੀਤਾ ਇਹ ਮਾਮਲਾ ਬਾਅਦ ਦੁਪਹਿਰ ਮੁੱਖ ਮੰਤਰੀ ਦੀ ਕਿਸਾਨ ਯੂਨੀਅਨ ਆਗੂਆਂ ਦੇ ਨਾਲ ਮੀਟਿੰਗ ਵਿੱਚ ਹੱਲ ਹੋਇਆ ਜਿੱਥੇ ਬਿੱਤੇ ਦਿਨੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਵਿੱਚ ਐਲਾਨੇ ਜਾਂਦੇ ਗੰਨੇ ਦੇ ਪਾ ਐਸਪੀ ਦੇ ਵਿੱਚ ਵਾਅਦੇ ਦੀ ਸਹਿਮਤੀ ਦਿੰਦਿਆਂ ਕਿਹਾ ਕਿ ਪਿਛਲੇ 3-4 ਸਾਲਾਂ ਵਿੱਚ ਸੂਬੇ ਦੀ ਵਿੱਤੀ ਸਥਿਤੀ ਕਾਰਨ ਸਰਕਾਰ ਨੂੰ ਗੰਨੇ ਦਾ ਟੁਕਮਾ ਭਾ ਵਧਾਉਣ ਦੇ ਲਈ ਰੋਕੀ ਰੱਖਿਆ। ਬਰਾਹਾਲ ਸੰਯੁਕਤ ਕਿਸਾਨ ਮੋਰਚਾ ਜੋ ਬਿੱਤੇ ਕਈ ਦਿਨਾਂ ਤੋਂ ਗੰਨਾ ਕਿਸਾਨਾਂ ਦਾ ਅੰਦੋਲਨ ਚਲਾ ਰਿਹਾ ਸੀ ਦੀ ਨੁਮਾਇੰਦਗੀ ਕਰ ਰਹੇ ਕਿਸਾਨ ਯੂਨੀਅਨਾਂ ਦੇ ਨੇਤਾਵਾਂ ਨੇ ਮੁੱਖ ਮੰਤਰੀ ਵੱਲੋਂ ਨਦੀ ਸਮੱਸਿਆ ਨੂੰ ਸੁਲਝਾਉਣ ਅਤੇ ਗੰਨੇ ਦੇ ਪਾ ਦੇ ਵਿੱਚ ਵਾਅਦੇ ਦਾ ਐਲਾਨ ਕਰਨ ਤੇ ਨਾ ਸਿਰਫ ਖੁਸ਼ੀ ਜ਼ਾਹਰ ਕੀਤੀ ਬਲਕਿ ਉਹਨਾਂ ਦਾ ਧੰਨਵਾਦ ਵੀ ਕੀਤਾ ਅਫਗਾਨਿਸਤਾਨ ਤੇ ਤਾਲੀਬਾਨ ਦੇ ਕਬਜ਼ੇ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤਿੰਨ ਸਰੂਪ ਕਾਬਲ ਤੋਂ ਦਿੱਲੀ ਲਿਆਂਦੇ ਗਏ ਹਨ ਕੇਂਦਰੀ ਮੰਤਰੀ ਹਰਦੀਪ ਸਿੰਘ ਪੂਰੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਸਰੂਪ ਪ੍ਰਾਪਤ ਕੀਤੇ ਤੇ ਪੂਰੇ ਅਦਬ ਦੇ ਨਾਲ 에ਰਪੋਰਟ ਤੋਂ ਬਾਹਰ ਲਿਆਂਦੇ ਗਏ ਕੇਂਦਰੀ ਮੰਤਰੀ ਹਰਦੀਪ ਸਿੰਘ ਪੂਰੀ ਨੇ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਟਵਿੱਟਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਵੀਡੀਓ ਸਾਂਝਾ ਕੀਤਾ ਜਿਸ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਕੁਝ ਸਮਾਂ ਪਹਿਲਾਂ ਮੈਨੂੰ ਕਾਬਲ ਤੋਂ ਦਿੱਲੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਪਵਿੱਤਰ ਸਰੂਪ ਪ੍ਰਾਪਤ ਕਰਨ ਤੇ ਮੱਥਾ ਟੇਕਣ ਦਾ ਸੁਭਾਗ ਪ੍ਰਾਪਤ ਹੋਇਆ ਇਸ ਦੇ ਨਾਲ ਹੀ ਤਾਲੀਬਾਨ ਨੇ ਸੰਕੇਤ ਦਿੱਤਾ ਕਿ ਉਹ ਜਲਦੀ ਹੀ ਨਿਕਾਸੀ ਪ੍ਰਕਿਰਿਆ ਨੂੰ ਰੋਕ ਸਕਦਾ ਹੈ ਪਾਰਟ ਲਗਾਤਾਰ ਐਮਰਜੈਂਸੀ ਸੰਚਾਲਨ ਵੀ ਚਲਾ ਰਿਹਾ ਹੈ ਤਾਲੀਬਾਨ ਦੇ ਅਫਗਾਨਿਸਤਾਨ ਉਤੇ ਕਬਜ਼ਾ ਕਰਨ ਤੋਂ ਬਾਅਦ 16 ਅਗਸਤ ਤੋਂ ਤਕਰੀਬਨ 730 ਲੋਕਾਂ ਨੂੰ ਦਿੱਲੀ ਲਿਆਂਦਾ ਜਾ ਚੁੱਕਿਆ ਹੈ ਓਲੰਪਿਕਸ ਖੇਡਾਂ ਤੋਂ ਬਾਅਦ ਹੁਣ ਟੋਕੀਓ ਵਿੱਚ ਪੈਰਾ ਐਥਲੀਟਾ ਦੀਆਂ ਖੇਡਾਂ ਸ਼ੁਰੂ ਹੋ ਗਈਆਂ ਹਨ ਦਾਸ ਹੈ ਕਿ 16ਵੀਆਂ ਪੈਰਾ ਓਲੰਪਿਕਸ 24 ਅਗਸਤ ਨੂੰ ਟੋਕੀਓ ਦੇ ਨੈਸ਼ਨਲ ਸਟੇਡੀਅਮ ਵਿੱਚ ਸ਼ੁਰੂ ਹੋ ਗਈਆਂ ਹਨ ਭਾਰਤ ਨੇ ਇਸ ਸਾਲ ਪੈਰਾ ਓਲੰਪਿਕਸ ਵਿੱਚ ਆਪਣੀ ਸਭ ਤੋਂ ਵੱਡੀ ਟੁਕੜੀ ਭੇਜੀ ਹੈ ਜਿਸ ਵਿੱਚ 9 ਖੇਡਾਂ ਵਿੱਚ 54 ਪੈਰਾ ਐਥਲੀਟਾ ਨੇ ਹਿੱਸਾ ਲਿਆ ਹੈ ਉਦਘਾਟਨੀ ਸਮਾਰੋਹ ਵਿੱਚ ਟੇਗ ਚੰਦ ਥੰਗਾ ਵੇਲੂ ਮਾਰੀਆ ਪੰਦੀ ਥਾਂ ਤੇ ਭਾਰਤ ਦੇ ਝੰਡਾ ਬਦਾਰ ਹੋਣਗੇ ਤੁਹਾਨੂੰ ਦੱਸਿਆ ਹੈ ਕਿ ਪਾਰਤ ਵਿੱਚ ਟੋਕੀਓ ਪੈਰਾਓਲੰਪਿਕਸ ਦਾ ਸਿੱਧਾ ਪ੍ਰਸਾਰਣ ਯੂਰੋਸਪੋਰਟ ਚੈਨਲ ਅਤੇ ਦੂਰਦਰਸ਼ਨ ਉਤੇ ਕੀਤਾ ਜਾਵੇਗਾ। ਖੇਤੀ ਕਾਨੂੰਨਾਂ ਖਿਲਾਫ ਡਟੇ ਕਿਸਾਨਾਂ ਨੇ ਸੰਘਰਸ਼ ਨੂੰ ਤੇਜ਼ ਕਰਨ ਦੇ ਲਈ ਇੱਕ ਵੱਡੀ ਰਣਨੀਤੀ ਉਲੀਕੀ ਹੈ ਜਿਸ ਦੇ ਤਹਿਤ ਕਿਸਾਨਾਂ ਨੇ ਦੇਸ਼ ਭਰ ਦੀਆਂ 1500 ਕਿਸਾਨ ਯੂਨੀਅਨਾਂ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਵੱਢੀ ਹੈ। ਕਿਸਾਨ ਲੀਡਰਾਂ ਨੇ ਦਾਅਵਾ ਕੀਤਾ ਹੈ ਕਿ ਦੇਸ਼ ਭਰ ਤੋਂ 1500 ਕਿਸਾਨ ਯੂਨੀਅਨਾਂ ਦੇ ਨੁਮਾਇੰਦੇ ਕਿਸਾਨ ਅੰਦੋਲਨ ਦੀਆਂ ਪਵਿੱਖੀ ਰਣਨੀਤੀ ਬਾਰੇ ਚਰਚਾ ਦੇ ਲਈ 26 ਤੇ 27 ਅਗਸਤ ਨੂੰ ਕੌਮੀ ਕਨਵੈਨਸ਼ਨ ਦੇ ਵਿੱਚ ਸ਼ਾਮਲ ਹੋਣਗੇ ਦੱਸ ਦਈਏ ਕਿ ਦਿੱਲੀ ਦੇ ਸਿੰਗੂ ਬਾਰਡਰ ਤੇ ਇਹ ਦੋ ਦਿਨਾਂ ਕਨਵੈਨਸ਼ਨ ਤਿੰਨ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਅੰਦੋਲਨ ਦੇ 9 ਮਹੀਨੇ ਪੂਰੇ ਹੋਣ ਮੌਕੇ ਕੀਤੀ ਜਾਵੇਗੀ ਜਾਣਕਾਰੀ ਮੁਤਾਬਕ 26 ਤੇ 27 ਅਗਸਤ ਨੂੰ ਸਿੰਗੂ ਬਾਰਡਰ ਤੇ ਮੋਰਚੇ ਦੀ ਰਾਸ਼ਟਰੀ ਕਾਨਫਰੰਸ ਲਈ ਡੈਲੀਗੇਸ਼ਨ ਰਜਿਸਟਰਡ ਕੀਤੇ ਜਾ ਰਹੇ ਹਨ ਕਾਨਫਰੰਸ ਦੇ ਪ੍ਰਬੰਧਕ ਕਮੇਟੀ ਅਨੁਸਾਰ ਕਾਨਫਰੰਸ ਦੇ 5 ਸੈਸ਼ਨ ਹੋਣਗੇ 26 ਅਗਸਤ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਦੁਪਹਿਰ 2 ਵਜੇ ਤੋਂ 3:30 ਵਜੇ ਤੇ ਸ਼ਾਮ 3:45 ਤੋਂ ਲੈ ਕੇ ਸ਼ਾਮ 6 ਵਜੇ ਤੱਕ ਉਦਯੋਗੀ ਕਾਮਿਆਂ ਦਾ ਸੈਸ਼ਨ ਤੇ ਖੇਤੀਬਾੜੀ ਕਿਰਤ ਪੇਂਡੂ ਗਰੀਬ ਤੇ ਆਦੀਵਾਸੀ ਲੋਕਾਂ ਦਾ ਸੈਸ਼ਨ ਹੋਵੇਗਾ 27 ਅਗਸਤ ਨੂੰ ਦੋ ਸੈਸ਼ਨ ਹੋਣਗੇ ਪਹਿਲਾ ਸਵੇਰੇ 9:30 ਵਜੇ ਤੋਂ ਦੁਪਹਿਰ 12 ਵਜੇ ਤੱਕ ਔਰਤਾਂ ਵਿਦਿਆਰਥੀਆਂ ਨੌਜਵਾਨਾਂ ਤੇ ਹੋਰ ਕੀਰਤੀ ਵਰਗਾਂ ਨਾਲ ਸੰਬੰਧਿਤ ਤੇ ਆਖਰੀ ਸਮਾਪਤੀ ਸੈਸ਼ਨ 12 ਵਜੇ ਦੁਪਹਿਰ ਤੋਂ 1 ਵਜੇ ਤੱਕ ਹੋਵੇਗਾ ਲਗਭਗ 1500 ਡੈਲੀਗੇਟ ਕਾਨਫਰੰਸ ਦੇ ਵਿੱਚ ਹਿੱਸਾ ਲੈਣਗੇ ਤੁਸੀਂ ਦੇਖ ਰਹੇ ਸੀ ਪੰਜਾਬੀ ਦੀਆਂ ਖਬਰਾਂ ਜੋਸ਼ ਇੰਡੀਆ ਵੈਬ ਟੀਵੀ ਤੇ ਕੀਤਾ ਸੱਖਣਾ ਦਿਨਾਂ ਕੱਲ੍ਹ ਵੀ ਦੇ ਤਾਜ਼ਾ ਅਪਡੇਟਸ ਦੇ ਨਾਲ ਫਿਰ ਤੋਂ ਮੁਲਾਕਾਤ ਹੋਵੇਗੀ ਤਾਂ ਤੱਕ ਲਈ ਮੈਂ ਰੋਦੀ ਹਾਂ ਇਚਾਸਤ ਤਾਨਵਾਤ